ਦੋਸਤੋ ਸਤਿ ਸ੍ਰੀ ਅਕਾਲ, ਆਪਾਂ ਅੱਜ ਗੱਲ ਕਰਦੇ ਹਾਂ ਬਾਈ ਗੁਰਪ੍ਰੀਤ ਦੀ, ਜੋ ਕਿ ਫੂਲੇ ਵਾਲ ਹਰ ਸਾਲ ਤਰ੍ਹਾਂ ਦੀ ਮੇਲਾ ਲਵਾਉਂਦਾ ਮੇਰਾ ਬਾਈ, ਕਿਉਂਕਿ ਕਈ ਦਿਨਾਂ ਦਾ ਸਾਡਾ ਮੁੰਡਾ ਗਿਆ ਸੀ ਪਾਸੇ, ਅਸੀਂ ਆਪਦੇ ਚੈਨਲ 'ਤੇ ਵੀਡੀਓ ਨਹੀਂ ਬਣਾ ਸਕੇ। ਇੰਨੀ ਕੁ ਅਸੀਂ ਖਿਮਾ ਦੇ ਜਾਜਕਾਂ, ਗਲਤੀ ਦੇ ਬਾਈ ਸਾਡੀ ਗਲਤੀ ਨੂੰ ਮਾਫ਼ ਕਰੇ, ਕਈ ਦਿਨ ਉੱਤੋਂ ਦੀ ਲੰਘ ਗਏ ਅਤੇ ਬਾਈ ਨੇ ਤਾਂ ਵੀਡੀਓ ਬਣਾਤੀ ਆਪਦੇ ਮੇਲੇ ਦੀ ਤੁੰਗ ਵਾਲੀ ਮੰਡੀ ਉਹਦੇ ਪਿਛਲੇ ਵੀਰਵਾਰ ਨੂੰ, ਅਤੇ ਹੱਥ ਬੰਨ ਕੇ ਬੇਨਤੀ ਕਰਦਾ ਮੈਂ ਬਾਈ ਦੇ ਮੇਲੇ ਦੀ, ਪ੍ਰਮੋਟ ਕਰਦਾ ਵੀ ਬਾਈ ਗੁਰਪ੍ਰੀਤ ਜੀ ਦੇ ਬਹੁਤ ਬਹੁਤ ਧੰਨਵਾਦ, ਜਿਹੜੇ ਕਿ ਹਰ ਸਾਲ ਮੇਲਾ ਕਰਾਉਂਦੇ ਨੇ ਆਪਦੇ ਬਾਪ ਦੀ ਯਾਦ 'ਤੇ। ਉਹਨਾਂ ਦੇ ਮੇਲੇ ਬਾਰੇ ਆਪਾਂ ਦੋ ਚਾਰ ਗੱਲਾਂ ਕਹਿਣੀਆਂ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਮੇਲੇ ਦੇ ਵਿੱਚ ਪਹੁੰਚੋ, ਸਾਰੇ ਬਾਪ ਭਾਗ ਲਓ ਆ ਕੇ, ਦੂਰੋਂ ਨੇੜਿਓਂ ਹਰਿਆਣਾ, ਯੂਪੀ, ਮਹਾਰਾਸ਼ਟਰ, ਬੰਬਾ, ਆਪਣੇ ਪੰਜਾਬੀ ਭਾਈ ਦਬਾਬਾ ਅਤੇ ਆਪਣਾ ਮਾਝਾ, ਮਾਲਵਾ, ਦੁਆਬਾ, ਸਾਰੇ ਲੋਕਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਵੱਧ ਤੋਂ ਵੱਧ ਆਪਣੇ ਮੇਲੇ ਦੇ ਵਿੱਚ ਪਹੁੰਚੋ। 25 ਤਰੀਕ ਦੂਜਾ ਮਹੀਨਾ ਐਤਵਾਰ ਦਿਨ ਵੀ ਮੇਲਾ ਰੱਖਤਾ ਬਾਈ ਨੇ, ਖਾਣ ਪੀਣ ਦਾ ਪ੍ਰਬੰਧ, ਰੋਟੀ ਟੁੱਕ ਦਾ ਸਾਰਾ ਬਹੁਤ ਵਧੀਆ ਪ੍ਰਬੰਧ ਹੈ, ਐਤਕੀ ਤਕੜੇ ਪ੍ਰਬੰਧ ਕਰੇ ਹੋਏ ਨੇ, ਚੰਗੇ ਨਿਆਮ ਕਰਨ ਦੇਊਗਾ ਬਾਈ। ਅਤੇ ਉਹਨਾਂ ਦੇ ਮੁਕਾਬਲੇ ਨੇ ਪਸ਼ੂਆਂ ਦੇ ਦੁੱਗੇ, ਖੀਰੇ, 2 ਦੰਦ, 8 ਦੰਦ, ਛਿੱਗੇ, ਬੱਕਰੇ, ਬੱਕਰੀਆਂ ਦੇ ਬਰੀਡ ਸੁਧਾਰ ਮੇਲਾ, ਜਿਹੜਾ ਕਿ ਲੋਕਾਂ ਨੂੰ ਪਤਾ ਲੱਗੇ ਬਾਹਰ ਜਾਏ ਤੋਂ ਵੀ ਬਰੀਡ ਸੁਧਾਰ ਮੇਲੇ ਕਿਵੇਂ ਹੁੰਦੇ ਨੇ, ਕਿਵੇਂ ਨਸਲਾਂ ਰੱਖਣੀਆਂ ਨੇ, ਕਿਹੋ ਜਿਹੇ ਪਸ਼ੂ ਰੱਖਣੇ ਨੇ, ਘਰਾਂ ਦੇ ਵਿੱਚ ਬੈਠੇ ਤੋਂ ਪਤਾ ਨਹੀਂ ਲੱਗਦਾ ਵੀ ਆਪਾਂ ਬਾਹਰ ਮੇਲਿਆਂ ਦੇ ਵਿੱਚ ਜਾਈਏ, ਭਾਗ ਲਈਏ ਤਾਂ ਆਪਾਂ ਨੂੰ ਨਸਲਾਂ ਕਮਸਲਾਂ ਦਾ ਪਤਾ ਲੱਗਦਾ ਵੀ ਆਪਾਂ ਅੱਗੇ ਨੂੰ ਕਿਹੋ ਜਿਹੇ ਜਾਨਵਰ ਪਾਲੀਏ, ਕਿਵੇਂ ਮੇਮਨੇ ਲਈਏ, ਕਿਹੋ ਜਿਹੇ ਬੋਕ ਰੱਖਣੇ ਨੇ। ਕਈਆਂ ਹੀ ਆਪਾਂ ਨੂੰ ਮੇਲਿਆਂ ਦੇ ਵਿੱਚ ਜਾਏ ਤੋਂ ਹੀ ਪਤਾ ਲੱਗਦਾ, ਘਰਾਂ 'ਚ ਬੈਠੇ ਤੋਂ ਪਤਾ ਨਹੀਂ ਲੱਗਦਾ ਵੀ ਬਾਹਰ ਕੀ ਹੋ ਰਿਹਾ, ਕਿਤੇ ਦੁੱਧ ਚਬਾਈ ਮੁਕਾਬਲਾ, ਕਿਤੇ ਆਪਣੇ ਨਸਲਾਂ ਦਾ ਮੁਕਾਬਲਾ, ਕਿਤੇ ਆਪਣੇ ਵਧੀਆ ਤੋਂ ਵਧੀਆ ਜਾਨਵਰਾਂ ਦਾ ਮੁਕਾਬਲਾ ਵੀ ਕਿਹੋ ਜਿਹੀ ਨਸਲ ਦੇ ਰੱਖਣੇ ਨੇ, ਅਤੇ ਆਪਣੀਆਂ ਬਰਬਰੀਆਂ ਦਾ ਵੀ ਮੁਕਾਬਲਾ ਉੱਥੇ ਇਸ ਕੀ। ਬਾਈ ਨੇ ਚੰਗੇ ਨਿਆਮ ਦੇਣੇ ਨੇ ਅਤੇ ਲੋਕਾਂ ਨੂੰ, ਸਭ ਨੂੰ ਜਾਗਰੂਕ ਕਰਨਾ, ਕਈ ਸਾਲ ਤੋਂ ਕਰਦੇ ਆ ਰਹੇ ਨੇ ਵੀ ਬਾਈ ਇਸ ਤਰ੍ਹਾਂ ਮੇਲੇ ਲੱਗਣ ਤਾਂ ਆਪਣੇ ਸ਼ੌਂਕ ਪੈਦਾ ਹੋਣ ਪੰਜਾਬ ਦੇ ਵਿੱਚ। ਮੈਂ ਬਾਈ ਗੁਰਪ੍ਰੀਤ ਜੀ ਫੂਲੇ ਵਾਲ ਨੇ ਜੋ ਸਾਡੇ, ਉਹਨਾਂ ਦੀ ਦੇਣ ਨਹੀਂ ਦੇ ਸਕਦਾ ਵੀ ਜਿਨ੍ਹਾਂ ਨੇ ਬਹੁਤ ਦੁਨੀਆ ਨੂੰ ਸਿਆਣੇ ਕਰਤੇ, ਬੱਕਰੀ ਪਾਲਣ ਧੰਦੇ ਨੂੰ ਲੈ ਕੇ ਬਹੁਤ ਅੱਗੇ ਵਧੇ ਹੋਏ ਨੇ, ਅਤੇ ਬਹੁਤ ਚੰਗੇ ਡਾਕਟਰ ਨੇ, ਸੂਝਵਾਨ ਨੇ, ਜਿਨ੍ਹਾਂ ਨੇ ਕਿ ਛੋਟੀ ਜਿਹੀ ਉਮਰ ਦੇ ਵਿੱਚ ਬੜਾ ਆਪਦਾ ਨਾਮ ਕਮਾਇਆ ਅਤੇ ਆਪਣੇ ਨਾਲ ਉਹਨਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਰਹਿੰਦਾ ਹੈ। ਲੌਂਗੋਵਾਲੀਆ ਮੈਂਬਰ ਸਾਹਿਬ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਜੋ ਕਿ ਸਾਡੇ ਲੌਂਗੋਵਾਲੀਏ ਮੈਂਬਰ ਸਾਹਿਬ ਨੇ, ਬਹੁਤ ਚੰਗੇ ਇਨਸਾਨ ਨੇ, ਬੰਦੇ ਵਧੀਆ ਨੇ, ਉਹ ਵੀ ਮੇਲਿਆਂ ਦੇ ਵਿੱਚ ਹਿੱਸਾ ਲੈਂਦੇ ਨੇ ਹਰ ਮੇਲਿਆਂ ਦੇ ਵਿੱਚ। ਤਾਂ ਮੈਂ ਇੰਨੀ ਗੱਲ ਕਹਿੰਦਾ ਹੋਇਆ ਖਿਮਾ ਦਾ ਜਾਜਕਾਂ, ਧੰਨਵਾਦ ਬਾਈ। ਬਾਕੀ ਜਿਹੜੇ ਕਿ ਨਵੇਂ ਫਾਰਮਿੰਗ ਬੰਦੇ ਨੇ, ਨਵੇਂ ਫਾਰਮਿੰਗ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਵੀਰੇ ਮੇਲਿਆਂ ਦੇ ਵਿੱਚ ਪਹੁੰਚੋ, ਜਿੰਨੇ ਨਵਾਂ ਬੱਕਰੀ ਪਾਲਣ ਧੰਦਾ ਕਰਨਾ ਚਾਹੁੰਦੇ ਨੇ, ਸਿੱਖਦੇ ਨੇ, ਮੇਰੇ ਬਾਈ ਗੁਰਪ੍ਰੀਤ, ਮੇਰਾ ਛੋਟਾ ਵੀਰ, ਉਹਦੇ ਮੇਲੇ ਦੇ ਵਿੱਚ ਤੁਸੀਂ ਜ਼ਰੂਰ ਪਹੁੰਚੋ, ਉੱਥੇ ਤੁਹਾਨੂੰ ਗੁਰ ਗਿਆਨ ਸਾਰਾ ਕੁਛ ਆਊਗਾ ਵੀ ਕਿਵੇਂ ਆਪਾਂ ਨੇ ਬੱਕਰੀ ਪਾਲਣ ਧੰਦਾ ਛੇੜਨਾ, ਉਹਨਾਂ ਬਾਰੇ ਮੇਰੀ ਬੇਨਤੀ ਹੈ। ਬਾਕੀ ਸਾਡੇ ਅਸਰਵ ਗੁੱਜਰ ਚੌਧਰੀ ਸਾਹਿਬ, ਅਸਰਵ ਗੁੱਜਰ ਚੌਧਰੀ ਸਾਹਿਬ
ਉਹਨਾਂ ਦੀ ਵੀ ਹੱਥ ਬੰਨ ਕੇ ਬੇਨਤੀ ਹੈ ਵੀ ਸਾਡੇ ਵੀ ਪਾਕਿਸਤਾਨ ਦੇ ਵਿੱਚ ਗੌਰਮੈਂਟ ਨੂੰ ਮੇਲੇ ਲਵਾਉਣੇ ਚਾਹੀਦੇ ਨੇ, ਅਤੇ ਜਿਹੜੀ ਕਮੇਟੀਆਂ ਨੇ, ਪਾਰਟੀਆਂ ਨੇ, ਗਰੁੱਪ ਨੇ, ਉਹਨਾਂ 10 ਮੈਂਬਰੀਆਂ ਕਮੇਟੀਆਂ ਨੂੰ ਸਾਡੇ ਪਾਕਿਸਤਾਨ ਦੇ ਵਿੱਚ ਵੀ ਮੇਲੇ ਕਰਾਉਣੇ ਚਾਹੀਦੇ ਨੇ। ਸਾਡੇ ਇਹ ਚੀਜ਼ਾਂ ਕਹਿੰਦੇ ਵੀ ਘੱਟ ਵੀ ਹੱਥ ਬੰਨ ਕੇ ਬੇਨਤੀ ਹੈ ਅਸਲ ਚੌਧਰੀ ਗੁੱਜਰ ਦਾ ਵੀ ਸਾਡੇ ਮੇਲੇ ਜ਼ਰੂਰ ਹੋਣੇ ਚਾਹੀਦੇ ਨੇ ਵਧੀਆ ਤੋਂ ਵਧੀਆ, ਵੀ ਸਾਡੇ ਕੰਨੀ ਵੀ ਕੋਈ ਧਿਆਨ ਦੇਣ ਸਰਕਾਰਾਂ। ਅਤੇ ਮੰਡੀਆਂ ਮੇਲੇ ਤਾਂ ਮੰਡੀਆਂ ਤਾਂ ਰੋਜ਼ ਹੀ ਲੱਗਦੀਆਂ ਨੇ ਪਾਕਿਸਤਾਨ ਦੇ ਵਿੱਚ, ਕੁਰਬਾਨੀ 'ਤੇ ਵੀ ਮੰਡੀਆਂ ਲੱਗਦੀਆਂ ਨੇ ਅਤੇ ਉਹ ਵੀ ਮੰਡੀਆਂ ਲੱਗਦੀਆਂ ਨੇ ਪਸ਼ੂ ਲੈਣ ਵੇਚਣ ਵਾਲੀਆਂ। ਵੀ ਮੈਂ ਕਹਿਣਾ ਵੀ ਇਹ ਕਮੇਟੀਆਂ ਨੂੰ ਮੇਲੇ ਪਾਕਿਸਤਾਨ ਦੇ ਵਿੱਚ ਵੀ ਜ਼ਰੂਰ ਕਰਾਉਣੇ ਚਾਹੀਦੇ ਨੇ, ਜਿਹੋ ਜਿਹੇ ਮੇਲੇ ਬਾਈ ਗੁਰਪ੍ਰੀਤ ਜੀ ਕਰਾ ਰਿਹਾ ਸਾਡੇ ਫੂਲੇ ਵਾਲਾ, ਵੀ ਹਰ ਸਟੇਟਾਂ 'ਚ ਹੋਣੇ ਚਾਹੀਦੇ ਨੇ, ਹਰ ਮੁਲਕਾਂ 'ਚ ਹੋਣੇ ਚਾਹੀਦੇ ਨੇ, ਤਾਂ ਲੋਕਾਂ ਨੂੰ ਪਤਾ ਲੱਗੇ ਵੀ ਮੇਲਿਆਂ 'ਚ ਕਿੰਨੇ ਕੁ ਭਾਗ ਨੇ, ਕਿੰਨੀਆਂ ਕੁ ਹਾਰਾਂ ਨੇ, ਕਿੰਨੀਆਂ ਕੁ ਜਿੱਤਾਂ ਨੇ, ਕਿਵੇਂ ਬਰੀਡਾਂ ਰੱਖਣੀਆਂ ਨੇ, ਕਿਵੇਂ ਪਾਲਣੀਆਂ ਨੇ। ਬਹੁਤ ਬਹੁਤ ਧੰਨਵਾਦ ਕਰਦਾ ਮੈਂ ਬਾਈਆਂ ਦਾ, ਸਾਡੇ ਪਾਕਿਸਤਾਨੀਆਂ ਦਾ ਵੀ, ਸਾਡੇ ਅਸਫ ਖਾਨ ਦਾ, ਆਹ ਗੁੱਜਰ ਸਾਹਿਬ ਚੌਧਰੀ ਦਾ, ਅਤੇ ਉਹਨਾਂ ਦਾ ਚੈਨਲ ਵੀ ਹੈ, ਉਹਨਾਂ ਦੇ ਚੈਨਲ ਨੂੰ ਵੀ ਪ੍ਰਮੋਟ ਕਰੋ। ਅਤੇ ਸਾਡੇ ਅਜੀਤ ਸਿੰਘ ਠੇਕੇਦਾਰ, ਉਹਨਾਂ ਦਾ ਚਿਰਾਗ ਗੋਡ ਫਾਰਮ, ਉਹਨੂੰ ਵੀ ਹੋਲੋ ਕਰੋ, ਸ਼ੇਅਰ ਕਰੋ। ਅਤੇ ਸਾਡਾ ਰਾਜੂ ਗੋਡ ਫਾਰਮ ਦਿੜਬਾ ਪੰਜਾਬ, ਜਿਹਨੂੰ ਤੁਹਾਡੇ ਛੋਟੇ ਵੀਰ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ, ਉਹਨਾਂ ਦੇ ਚੈਨਲ 'ਤੇ ਅੱਜ ਵੀਡੀਓ ਪਾਈ ਗਈ ਹੈ, ਰਾਜੂ ਗੋਡ ਫਾਰਮ ਦਿੜਬਾ ਪੰਜਾਬ ਯੂਟਿਊਬ ਚੈਨਲ ਹੈ ਸਾਡਾ ਆਪਦਾ। ਅਤੇ ਐਂ ਤਾਂ ਲੋਕਾਂ ਨਾਲ ਵੀ ਰੋਜ਼ ਹੀ ਵੀਡੀਓ ਬਣਾਉਂਦੇ ਹਾਂ, ਚਲੋ ਉਹ ਵੀ ਕੋਈ ਗੱਲ ਨਹੀਂ। ਅਤੇ ਸਾਡੇ ਚੈਨਲ ਨੂੰ ਵੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਧੰਨਵਾਦ ਕਰਦਾ ਬਾਈ ਫੂਲੇ ਵਾਲਾ ਦਾ, ਗੁਰਪ੍ਰੀਤ ਜੀ ਦਾ, ਜਿਨ੍ਹਾਂ ਨੇ ਕਿ ਬਹੁਤ ਵੱਡਾ ਭਾਗ ਲਿਆ, ਬਹੁਤ ਵੱਡਾ ਸਟਿੱਪ ਚੱਕਿਆ, ਹਰ ਸਾਲ ਦੀ ਤਰ੍ਹਾਂ ਸਟਿੱਪ ਚੱਕਦੇ ਨੇ, ਬਹੁਤ ਨਿਆਮ ਕਨਿਆਮ ਬਣਦੇ ਨੇ, ਲੱਖਾਂ ਰੁਪਈਆ ਖਰਚ ਕਰਦੇ ਨੇ। ਮੈਂ ਉਹਨਾਂ ਦੀ ਦੇਣ ਨਹੀਂ ਦੇ ਸਕਦਾ। ਬਰੀਡਾਂ ਨਸਲਾਂ ਬਾਰੇ ਮੇਲੇ ਕਰਾਉਂਦੇ ਨੇ ਵੀ ਬਰੀਡਾਂ ਨੂੰ ਐਂ ਸੁਧਾਰੋ, ਬਰੀਡਾਂ ਨੂੰ ਐਂ ਰੱਖੋ। ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਬਾਈ ਦਾ, ਜਿਨ੍ਹਾਂ ਨੇ ਕਿ ਮੇਲੇ ਦੀ ਨਿਉਂ ਜੜ ਰੱਖਤੀ ਵੀ ਬਾਈ ਉਹ ਕਰ ਲਓ ਤਿਆਰੀਆਂ, ਤਕੜੇ ਹੋ ਜਾਓ, ਆਪੋ ਦੇ ਬੱਕਰੇ ਬੱਕਰੀਆਂ ਦੇ ਜ਼ੋਰ ਖਾੜੇ ਦੇ ਵਿੱਚ ਫੂਲੇਆਲ ਪਿੰਡ ਮੰਡੀ ਦੇ ਵਿੱਚ ਦਿਖਾਓ ਜਾ ਕੇ ਵੀ ਕਿਹਦਾ ਜਾਨਵਰ ਚੰਗਾ, ਕਿਹਦਾ ਮਾੜਾ। ਉੱਥੇ ਬਾਹਰ ਨਿਕਲੇ ਤੋਂ ਪਤਾ ਲੱਗੂਗਾ, ਘਰੇ ਬੈਠੇ ਤੋਂ ਪਤਾ ਨਹੀਂ ਲੱਗਦਾ ਵੀ ਕਿਹਦੇ ਬੱਕਰੇ ਦੇ ਵਿੱਚ ਜ਼ਿਆਦਾ ਜ਼ੋਰ ਨੇ, ਕਿਹਨੇ ਚੰਗੀ ਸਾਂਭ ਕਰੀ ਹੈ, ਕਿਹਨੇ ਨਹੀਂ ਕਰੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਾਰੀ ਫੂਲੇਆਲ ਕਮੇਟੀ ਨੂੰ, ਬਹੁਤ ਬਹੁਤ ਮੁਬਾਰਕਾਂ ਸਾਡੀ ਫੂਲੇਆਲ ਕਮੇਟੀ ਨੂੰ, ਬਹੁਤ ਵੱਡਾ ਜਿਨ੍ਹਾਂ ਨੇ ਕਿ ਸਟਿੱਪ ਚੱਕਿਆ। ਅਤੇ ਸਾਡੇ ਵਾਸੀ ਡਾਕਟਰ ਜੀ ਦਿੱਲੀ ਵਾਲੇ ਕੰਗ ਗੋਡ ਫਾਰਮ ਵਾਲੇ ਬਹੁਤ ਵਧੀਆ ਡਾਕਟਰ ਨੇ, ਜੇ ਜਿਹੜੇ ਕਿ ਆਪਣੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਉਹ ਦਿੰਦੇ ਨੇ ਟ੍ਰੇਨਿੰਗਾਂ, ਬਹੁਤ ਵਧੀਆ ਬੱਕਰੀ ਪਾਲਣ ਧੰਦੇ ਬਾਰੇ ਸਿਖਾਉਂਦੇ ਨੇ। ਤੁੰਗਾਲੀ ਵਾਲੇ ਡਾਕਟਰ ਸਾਹਿਬ ਜੀ ਸਾਡੇ, ਸਤਿ ਸ਼੍ਰੀ ਅਕਾਲ ਸਾਡੇ ਉਹਨਾਂ ਨੂੰ ਵੀ ਜਿਨ੍ਹਾਂ ਨੇ ਕਿ ਮੰਡੀਆਂ ਦੇ ਬਹੁਤ ਵੱਡੇ ਅਹੁਦੇ ਚੱਕੇ, ਮੰਡੀਆਂ ਲਵਾਈਆਂ, ਲੋਕਾਂ ਨੂੰ ਕੰਮ ਧੰਦੇ ਲਾਇਆ, ਗਰੀਬ ਅਮੀਰ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।